ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟਲ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਤੇ ਯੂਟਿਊਬ ਚੈਨਲ। ਆਪਣੀ ਵੀਡੀਓ ਹੁੰਦੀ ਹੈ ਕਿਊ ਐਨ ਏ, ਯਾਨੀ ਕਿ ਕੁਐਸਚਨ ਦੇ ਆਨਸਰ। ਤੁਸੀਂ ਕਮੈਂਟ ਦੇ ਰੂਪ ਵਿੱਚ ਮੈਨੂੰ ਸਵਾਲ ਕਰਦੇ ਹੋ, ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਦਾ ਹੁੰਦਾ। ਇਹ ਵੀਡੀਓ ਹਰ ਰੋਜ਼ ਰਾਤ ਨੂੰ ਯੂਟਿਊਬ ਤੋਂ ਰਿਲੀਜ਼ ਹੁੰਦੀ ਹੈ। ਉਹ ਸ਼ੁਰੂ ਕਰਦੇ ਹਾਂ ਅੱਜ ਦਾ ਕਿਊ ਐਨ ਏ। ਸਭ ਤੋਂ ਪਹਿਲਾ ਕਮੈਂਟ ਹੈ ਜੀ ਹਰਮਿੰਦਰ ਪਾਲ ਦਾ, ਲਿਖਦੇ ਨੇ ਸਰ ਮੇਰੀ ਫਾਈਲ B179 ਵੀ ਲੱਗੀ ਹੋਈ ਹੈ ਕੈਨੇਡਾ ਟੂਰਿਸਟ ਵੀਜ਼ਾ ਹੋਟਲ ਬੁਕਿੰਗ ਤੇ। ਦੋਸਤੋ, 179 ਵੀ ਦਾ ਜਿਹੜਾ ਹੈਗਾ ਜੀ ਇਸ ਟਾਈਮ ਜੋ ਅਪਡੇਟ ਉਹੀ ਹੈ ਕਿ ਹਲੇ ਜਿਹੜਾ ਸਟੇਟਸ ਹੈ ਉਹ ਜਿਉਂ ਦਾ ਤਿਉਂ ਹੈ। ਕੁਛ ਟਾਈਮ ਪਹਿਲਾਂ ਇਹ ਅਪਡੇਟ ਆਈ ਸੀ ਕਿ ਕੈਨੇਡਾ 179 ਵੀ ਨੂੰ ਰਿਮੂਵ ਕਰਨ ਜਾ ਰਿਹਾ ਹੈਗਾ, ਬਟ ਹਲੇ ਤਾਂ ਕੋਈ ਅਪਡੇਟ ਨਹੀਂ ਹੈਗੀ। ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਟਾਈਮ ਜਿਹੜਾ ਹੈ ਕੁਦਰਤੀ ਲੱਗ ਜਾਂਦਾ ਹੁੰਦਾ, ਕਿਉਂਕਿ ਕੋਈ ਵੀ ਡਿਸੀਜਨ ਲੈਣ ਵਾਸਤੇ ਟਾਈਮ ਚਾਹੀਦਾ ਹੁੰਦਾ, ਉਹਨਾਂ ਦਾ ਇੱਕ ਆਪਣਾ ਤਰੀਕਾ ਹੁੰਦਾ ਡਿਸੀਜਨ ਲੈਣ ਦਾ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਦੋਂ ਤੱਕ ਰਿਮੂਵ ਹੋਣੀ ਹੈ, ਪਰ ਹਾਂ ਹੋ ਸਕਦਾ ਹੈ ਕਿ ਰਿਮੂਵ ਹੋ ਜੇ। ਸੋ ਜੇਕਰ ਰਿਮੂਵ ਹੋ ਜਾਂਦੀ ਹੈ ਤਾਂ ਤਕਰੀਬਨ ਵੀਜ਼ਾ ਦਾ ਜਿਹੜਾ ਸਕਸੈਸ ਰੇਟ ਹੈ ਉਹ ਬਹੁਤ ਜ਼ਿਆਦਾ ਹੋ ਜਾਏਗਾ, ਹੈ ਨਾ। ਹਰ ਇੱਕ ਬੰਦੇ ਨੂੰ ਤਕਰੀਬਨ ਵੀਜ਼ਾ ਮਿਲਣਾ ਸ਼ੁਰੂ ਹੋ ਜਾਏਗਾ। ਜਿਹੜਾ ਜ਼ਿਆਦਾਤਰ ਰਿਜੈਕਸ਼ਨ ਹੈਗੀ ਹੈ ਉਹ 179B ਕਰਕੇ ਹੀ ਰਿਜੈਕਸ਼ਨ ਲੱਗਦੀ ਹੈ। ਸੋ 179B ਜਿਸ ਦਾ ਰਿਮੂਵ ਹੋ ਗਈ, ਉਸ ਦਾ ਸਕਸੈਸ ਰੇਟ ਜਿਹੜਾ ਹੈਗਾ ਆਪਣੇ ਆਪ ਵੱਧ ਜਾਏਗਾ। ਅਗਲਾ ਕਮੈਂਟ ਹੈ ਦਵਿੰਦਰ ਗੁੱਜਰ ਦਾ, ਲਿਖਦੇ ਨੇ ਸਰ ਮੇਰੀ ਫਾਈਲ 3 ਮਾਰਚ ਨੂੰ ਬਾਇਓਮੈਟ੍ਰਿਕ ਸੀ, ਕਦੋਂ ਤੱਕ ਰਿਜ਼ਲਟ ਆਏਗਾ? ਬਰਦਰ, ਹਲੇ ਤਾਂ ਸ਼ੁਰੂ ਹੀ ਹੋਇਆ ਕੰਮ, 3 ਮਾਰਚ ਤੋਂ ਬਾਅਦ ਕਿੰਨਾ ਕੁ ਟਾਈਮ ਹੋਇਆ ਹਲੇ? ਤੁਸੀਂ ਆਪ ਸਮਝਦਾਰ ਹੈਗੇ ਹੋ, ਅੱਜ 14 ਤਰੀਕ ਹੈ, 11 ਦਿਨ ਹੋਏ ਨੇ, 11 ਦਿਨ ਅਜੇ ਵਿੱਚ ਰਿਜ਼ਲਟ ਥੋੜ੍ਹੀ ਆਏਗਾ। ਤੁਸੀਂ ਮੰਨ ਕੇ ਚੱਲੋ 40 ਤੋਂ 60 ਦਿਨ ਦਾ ਸਮਾਂ ਜਿਹੜਾ ਹੈਗਾ ਅੰਬੈਸੀ ਲੈ ਕੇ ਚੱਲਦੀ ਹੈ, ਸੋ ਇੰਨਾ ਕੁ ਸਮਾਂ ਲੱਗਦਾ, ਸੋ ਇੰਨਾ ਕੁ ਸਮਾਂ ਤੁਹਾਨੂੰ ਜਿਹੜਾ ਵੇਟ ਕਰਨੀ ਪਏਗੀ। ਅਮਨਦੀਪ ਸਿੰਘ ਲਿਖਦੇ ਨੇ ਨਿਊਜ਼ੀਲੈਂਡ ਵੀਜ਼ਾ ਕਿੰਨਾ ਟਾਈਮ ਲੈ ਰਿਹਾ? ਪਹਿਲਾਂ ਤਾਂ ਦੇਖੋ 15-15 ਦਿਨ ਦੇ ਵਿੱਚ ਵੀਜ਼ੇ ਆਏ ਨੇ, ਫਿਰ 40 ਦਿਨ ਦੇ ਵਿੱਚ ਵੀਜ਼ੇ ਆਉਣ ਲੱਗ ਗਏ। ਸੋ ਕਈ ਫਾਈਲਾਂ ਦੇ ਰਿਜ਼ਲਟ ਹਲੇ ਵੀ ਅਟਕੇ ਪਈਆਂ ਨੇ ਤੇ ਕਈਆਂ ਦਾ ਹੁਣ ਵੀ ਰਿਜ਼ਲਟ 15 ਤੋਂ 20 ਦਿਨਾਂ 'ਚ ਆ ਰਿਹਾ। ਸੋ ਡਿਪੈਂਡ ਕਰਦਾ ਅੰਬੈਸੀ ਤੇ, ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਤੇ, ਸੋ ਇਸ ਕਰਕੇ ਵੇਟ ਕਰੋ। ਅਗਲਾ ਕਮੈਂਟ ਹੈ ਜੀ ਲਾਡੀ ਚੀਮਾ ਦਾ, ਲਿਖਦੇ ਨੇ ਨਿਊਜ਼ੀਲੈਂਡ ਦਾ ਵੀਜ਼ਾ ਮੈਕਸੀਮ ਪ੍ਰੋਸੈਸਿੰਗ ਟਾਈਮ ਕਿੰਨਾ ਹੈ ਜੀ? ਮੈਂ ਹੁਣੇ ਰਿਪਲਾਈ ਕਰਕੇ ਹਟਿਆ ਜੀ, ਮੈਕਸੀਮ ਜੇ ਆਪਾਂ ਗੂਗਲ ਤੇ ਜਾ ਕੇ ਸਰਚ ਕਰਦੇ ਨਿਊਜ਼ੀਲੈਂਡ ਪ੍ਰੋਸੈਸਿੰਗ ਟਾਈਮ ਬਾਰੇ, ਉਹ 65-70 ਡੇਜ਼ ਦਾ ਦਿਖਾਉਂਦਾ ਹੈ। ਪਰ ਨੋਰਮਲੀ ਜੋ ਦੇਖਣ ਜਾ ਰਿਹਾ, ਜ਼ਿਆਦਾਤਰ ਜਿਹੜੇ ਵੀਜ਼ਾ ਨੇ ਉਹ 40 ਦਿਨਾਂ ਦੇ ਵਿੱਚ ਆ ਰਹੇ ਨੇ, ਕਿਸੇ ਦਾ 15 ਦਿਨਾਂ 'ਚ ਵੀ ਆ ਰਿਹਾ, ਕਿਸੇ ਦਾ 25 ਦਿਨਾਂ 'ਚ ਆ ਰਿਹਾ, ਕਿਸੇ ਦਾ 35 ਦਿਨਾਂ ਦੇ ਵਿੱਚ ਆ ਰਿਹਾ। ਸੋ ਜ਼ਿਆਦਾਤਰ ਜਿਹੜੇ ਰਿਜ਼ਲਟ ਨੇ ਉਹ ਆ ਰਹੇ ਨੇ 40 ਦਿਨਾਂ ਦੇ ਵਿੱਚ, ਪਰ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ 65 ਡੇਜ਼ ਹੈ। ਔਰ ਬਾਕੀ ਟਾਈਮ ਤੁਹਾਡੀ ਪ੍ਰੋਫਾਈਲ, ਤੁਹਾਡੇ ਕਾਗਜ਼ਾਂ ਪੱਤਰਾਂ ਦੇ ਵੀ ਡਿਪੈਂਡ ਕਰਦਾ ਹੈ। ਜੇ ਅੰਬੈਸੀ ਕਿਸੇ ਚੀਜ਼ ਨੂੰ ਲੈ ਕੇ ਕੋਈ ਇਨਕੁਆਇਰੀ ਕਰਦੀ ਹੈ, ਤੁਹਾਡੇ ਫੰਡਾਂ ਨੂੰ ਲੈ ਕੇ, ਤੁਹਾਡੇ ਇੰਪਲਾਇਮੈਂਟ ਨੂੰ ਲੈ ਕੇ, ਜਾਂ ਤੁਹਾਡੇ ਹੋਰ ਵੀ ਤੁਹਾਡੇ ਕੋਈ ਪੇਪਰ ਫੇਕ ਤਾਂ ਨਹੀਂ ਹੈਗੇ, ਤਾਂ ਨੈਚੁਰਲੀ ਇਹ ਕਿ ਉਸਨੂੰ ਟਾਈਮ ਜਿਹੜਾ ਹੈਗਾ ਉਹ ਜ਼ਿਆਦਾ ਲੱਗ ਜਾਂਦਾ ਹੈ। ਜੇ ਤੁਹਾਡੀ ਪ੍ਰੋਫਾਈਲ ਠੀਕ ਠਾਕ ਹੈ, ਵੀਜ਼ਾ ਅਫਸਰ ਨੂੰ ਠੀਕ ਲੱਗਦੀ ਹੈ, ਸੋ 10 ਦਿਨਾਂ 'ਚ ਵੀਜ਼ਾ ਵੀ ਆਉਂਦਾ ਹੈ। ਈਵਨ ਕਿ ਸਟਾਰਟਿੰਗ ਦੇ ਵਿੱਚ ਤਾਂ 2-2-3-3 ਦਿਨਾਂ ਦੇ ਵਿੱਚ ਵੀ ਵੀਜ਼ਾ ਜਿਹੜਾ ਹੈਗਾ ਉਹ ਆਇਆ ਸੀ। ਸੋ ਡਿਪੈਂਡ ਕਰਦਾ ਹੈ ਪ੍ਰੋਫਾਈਲ ਤੇ, ਡਿਪੈਂਡ ਕਰਦਾ ਪੇਪਰਾਂ ਤੇ, ਡਿਪੈਂਡ ਕਰਦਾ ਫਾਈਲ ਲਾਉਣ ਤੇ। ਸੋ ਕਈਆਂ ਦਾ ਰਿਜ਼ਲਟ ਜ਼ਿਆਦਾ ਵੀ ਆ ਜਾਂਦਾ ਤੇ ਕਈਆਂ ਦਾ ਬਹੁਤ ਜ਼ਿਆਦਾ ਜਿਹੜਾ ਲੇਟ ਹੋ ਜਾਂਦਾ ਹੈ। ਅਗਲਾ ਕਮੈਂਟ ਹੈ ਜੀ ਰਵੀਕਾਂਤ ਸ਼ਰਮਾ ਦਾ, ਲਿਖਦੇ ਨੇ ਸਰ ਮੈਨੇ 24 ਫਰਵਰੀ ਨਿਊਜ਼ੀਲੈਂਡ ਵੀਜ਼ਾ ਅਪਲਾਈ ਕੀਆ ਥਾ ਔਰ 28 ਨੂੰ ਮੇਲ ਆਈ ਕਿ ਆਪਣਾ ਪਾਸਪੋਰਟ ਔਰ ਆਧਾਰ ਕਾਰਡ, ਸੇਵਿੰਗ ਅਕਾਊਂਟ ਔਰ ਪ੍ਰੋਪਰਟੀ ਵੈਲਿਊਏਸ਼ਨ ਮੇਲ ਕਰੋ, ਮੈਨੇ ਕਰ ਦੀ ਹੈ, ਕੈਨੇਡਾ ਔਰ UK ਕਾ ਰਿਫਿਊਜ਼ਲ ਹੈ, ਕਿਆ ਨਿਊਜ਼ੀਲੈਂਡ ਵਾਲੇ ਵੀਜ਼ਾ ਆ ਜਾਏਗਾ ਜਾਂ ਨਹੀਂ? ਦੇਖੋ ਰਵੀਕਾਂਤ ਜੀ, ਯਦਿ ਆਪਸੇ ਡਾਕੂਮੈਂਟ ਮੰਗੇ ਹੈ, ਤੋ ਡਾਕੂਮੈਂਟ ਮੰਗਨੇ ਕਾ ਮਤਲਬ ਯਹੀ ਹੋਤਾ ਹੈ ਕਿ ਅੰਬੈਸੀ ਆਪਕੋ ਵੀਜ਼ਾ ਦੇਣਾ ਚਾਹਤੀ ਹੈ, ਯਦਿ ਆਪਕੇ ਸਾਰਾ ਕੁਝ ਜੈਨੂਨ ਹੈ। ਕਈ ਵਾਰੀ ਕਿਆ ਹੋਤਾ ਹੈ, ਅੰਬੈਸੀ ਕੋਈ ਡਾਊਟ ਹੋ ਜਾਤਾ ਹੈ ਕਿ ਜੋ ਆਪਣੇ ਪੇਪਰ ਦੀਏ ਸ਼ਾਇਦ ਉਹ ਰੈਲੀਵੈਂਟ ਨਹੀਂ ਆਪਕੇ ਸਾਥ, ਔਰ ਤੋ ਇਸ ਲਈ ਵੋ ਜਾਂ ਪੇਪਰੋਂ ਮੇਂ ਕੋਈ ਕਲੀਅਰਟੀ ਨਹੀਂ ਹੈ, ਕੋਈ ਚੀਜ਼ ਕਲੀਅਰ ਨਹੀਂ ਹੋ ਰਹੀ ਅੰਬੈਸੀ ਕੋ, ਤੋ ਵੋ ਪੇਪਰ ਜੋ ਹੈ ਵੋ ਦੁਬਾਰਾ ਮੰਗ ਲੇਤੀ ਹੈ। ਪਰ ਦੁਬਾਰਾ ਪੇਪਰ ਉਨੇ ਲੋਗੋਂ ਸੇ ਮੰਗੇ ਜਾਤੇ ਹੈ ਜਿਨਕੋ ਵੀਜ਼ਾ ਮਿਲਨੇ ਕੀ ਉਮੀਦ ਹੋਤੀ ਹੈ। ਯਦਿ ਆਪ ਵੋ ਸਾਰੇ ਪੇਪਰ ਸਹੀ ਸੇ ਅੰਬੈਸੀ ਕੋ ਦੇ ਦਿੱਤੇ ਹੋ, ਸਹੀ ਸਾਰਾ ਕੁਛ ਕਰ ਦਿੱਤੇ ਹੋ, ਤੋ ਵੀਜ਼ਾ ਆਣੇ ਕੇ ਚਾਂਸਿਸ ਬਹੁਤ ਜ਼ਿਆਦਾ ਬਣ ਜਾਤੇ ਹੈ। ਯਦਿ ਆਪਨੇ ਸਾਰਾ ਕੁਛ ਸਹੀ ਦੀਆ ਹੈ ਤੋ ਵੀਜ਼ਾ ਆਣੇ ਕੇ ਚਾਂਸਿਸ ਹੈ। ਐਸੇ ਹੀ ਜਿਸਕੋ ਇੰਟਰਵਿਊ ਆਤੀ ਹੈ, ਇੰਟਰਵਿਊ ਕਿਸਕੋ ਆਤੀ ਹੈ? ਜਿਸਕੋ ਵੀਜ਼ਾ ਮਿਲਨੇ ਕੇ ਚਾਂਸਿਸ ਹੋਤੇ ਹੈ। ਯਦਿ ਅੰਬੈਸੀ ਨੇ ਰਿਜੈਕਟ ਕਰਨਾ ਹੋ, ਯਦਿ ਆਪਕੀ ਪ੍ਰੋਫਾਈਲ ਇਤਨੀ ਹੀ ਖਰਾਬ ਹੋ ਗਈ ਆਪਕੋ ਵੀਜ਼ਾ ਨਹੀਂ ਦੇਣਾ, ਤੋ ਅੰਬੈਸੀ ਨਾ ਤੋ ਕਭੀ ਕਾਲ ਕਰਤੀ ਹੈ, ਨਾ ਹੀ ਪੇਪਰ ਮੰਗਤੀ ਹੈ। ਕਾਲ ਵੀ ਉਸੇ ਕਰਤੀ ਹੈ ਜਿਸੇ ਵੀਜ਼ਾ ਦੇਣੇ ਕੀ ਉਮੀਦ ਹੋ ਜਾਂ ਵੀਜ਼ਾ ਮਿਲਨੇ ਕੀ ਉਮੀਦ ਹੋ, ਔਰ ਪੇਪਰ ਵੀ ਉਸੇ ਸੇ ਮੰਗੇ ਜਾਤੇ ਹੈ ਜਿਸਕੋ ਵੀਜ਼ਾ ਦੇਣਾ ਹੋ, ਕੋਈ ਡਾਊਟ ਹੋ, ਉਹ ਡਾਊਟ ਕਲੀਅਰ ਕਰਨਾ ਹੋ, ਕੋਈ ਡਾਊਟ ਵੈਰੀਫਾਈ ਕਰਨਾ ਹੋ, ਤੋ ਉਸੀ ਸੇ ਹੀ ਵੀਜ਼ਾ ਜਾਂ ਜੋ ਆਪਕੇ ਡਾਕੂਮੈਂਟਸ ਹੈ ਵੋ ਮੰਗੇ ਜਾਤੇ ਹੈ। ਡਾਕੂਮੈਂਟ ਮੰਗੇ ਹੈ ਤੋ ਆਪ ਦੇ ਦੀਜੀਏ, ਯਦਿ ਆਪਨੇ ਖੁਦ ਅਪਲਾਈ ਕੀਆ ਤੋ ਬਹੁਤ ਅੱਛੀ ਬਾਤ ਹੈ, ਆਪਨੇ ਜੋ ਡਾਕੂਮੈਂਟ ਲਗਾਏ ਵਹੀ ਡਾਕੂਮੈਂਟ ਦੇਣਾ। ਯਦਿ ਆਪਕੇ ਕੰਸਲਟੈਂਟ ਨੇ ਅਪਲਾਈ ਕੀਆ ਤੋ ਕੰਸਲਟੈਂਟ ਕੀ ਸਲਾਹ ਕੇ ਬਿਨਾ ਆਪ ਕੋਈ ਡਾਕੂਮੈਂਟ ਮਤ ਦੇਣਾ, ਕਿਉਂਕਿ ਹੋ ਸਕਤਾ ਕੋਈ ਡਾਕੂਮੈਂਟ ਮੇਂ ਹੇਰ ਫੇਰ ਕੀਆ ਹੋ,
तो आप अपने कंसल्टेंट की सलाह से उसके सजेशन से ही डॉक्यूमेंट देना या वो ही आपके डॉक्यूमेंट अपलोड करें तो ज्यादा अच्छा है। ऐसे करके आप अपना वीजा जो है वो ले सकते हैं। अगला कमेंट है आकाशदीप सिंह का, लिख देने, हेलो सर, मेरी फाइल 23 दिसंबर की लॉन्च हुई है न्यूजीलैंड की स्टूडेंट वीजा, स्टिल नो अपडेट, कितना टाइम लगेगा? टाइम ज्यादा हो गया जी, क्योंकि दिसंबर बहुत निकल गया। मैं जिवें पहला भी थोड़ा कह चुके हैं कि कई बार की होंगे कि अंबेसी किसी भी चीज़ को लेकर कोई इनकुआरी करती होंगी है, उन्हें कोई इनकुआरी भेजी हुई थोड़े फंडा लैके, थोड़े स्कूल के सर्टिफिकेशन लैके, थोड़े एक्सपीरियंस को लेके, हो सकता वो इनकुआरी वापस ना आई हो या उन्होंने वेरीफिकेशन पूरी ना हुई हो, इस करके टाइम जोड़ा है वो ज़्यादा लग जाता है। बाकी किन्ना टाइम कि फाइल में लगे ये बारे कोई बंदा कैलकुलेट नहीं कर सकता, ये अंबेसी को खुद पता होंदा है कि थोड़ी फाइल किन्ने दिन रिजल्ट देना, पर डेफिनेट होंदा है कि जदों थोड़ा रिजल्ट जे लेट हो रहा तो वह पिछे ज़्यादातर जिहड़ा रीजन होंदा है वो थोड़ी इनकुआरी का होंदा, जे इनकुआरी सारा कुछ ओके हो जाती है तो थोड़ा वीज़ा जिहड़ा मिल जाता है। सो जेकर अंबेसी ज़्यादा टाइम लेंदी घबराओ ना, वो कुछ ना कुछ थोड़ी फाइल से वर्क जरूर करती है, कोई वीज़ा अफसर डाउट होंदा है, कोई इनकुआरी होंदी है, कोई पेपर चैक कर होंगे, कोई सर्टिफिकेशन करनी होंगी है, सो इन चीज़ों जोड़ा है टाइम लग जाता है, सो इस करके तुसी उस मुताबिक वेट तुसी कर सकते हैं जी। अगला कमेंट है सुरेंद्र सिंह का, लिखते हैं सर आप जी नाल गल करनी चाहते हैं किमें हो सकती है? गल करनी चाहते हो जी वट्सएप से, तुसी मैसेज कर दो, थोड़ा अपॉइंटमेंट का टाइम मिल जाएगा, पर हर एक बंद मैं गल नहीं कर सकता क्योंकि बहुत सारिया कॉलों बहुत सारे मैसेज आते हैं, सो तुसी मेरे टीम मैंबर नाल गल कर सकते हैं, जे कोई बहुत जरूरी होया तो मैं भी थोड़े नाल गल जी हैगी है कर सकता। सो दोस्तों इसी के थोड़े कमेंट थोड़े सवाल ते मेरे जवाब, उम्मीद करता थोड़ा वधिया लगे होंगे। जेकर मेरी वीडियो वधिया लग रही है तो वध तो वध शेयर ते लाइक जरूर करो ताकि वध तो वध लोगों तक ये जानकारी पहुंच सके। जेकर पहली बार तुसी वीडियो देख रहे हो तो कृपया चैनल सबसक्राइब जरूर करो, बैल का बटन दबाओ, इंस्टा ते फॉलो करो, फेसबुक ते लाइक करो, असी ट्विटर ते लिंक्डइन ते भी हैगे, उत्थे भी तुसी सानू फॉलो कर सकते हो ताकि हर एक वीडियो सब तो पहला थोड़ा मिल सके। होर वधेरे जानकारी लई तुसी आपदा केस डिस्कस करना चाहते हो, केस अप्लाई करना चाहते हो, स्क्रीन ते नंबरां ते तुसी कॉल कर सकते हो। बहुत धन्यवाद। वाहेगुरु जी का खालसा, वाहेगुरु जी की फतह।